ਹੈਲੋ ਸਤਿ ਸ਼੍ਰੀ ਅਕਾਲ ਫਰੈਂਡਸ, ਇੱਥੇ ਅਸੀਂ ਖੇਡ ਰਹੇ ਸੀਗੇ ਨਵਤੇਜ ਦੇ ਨਾਲ ਬੈਠੇ, ਮੈਂ ਸਵੇਰਾ ਅਤੇ ਦੋ ਜਣੇ ਬੈਠੇ ਸੀਗੇ, ਮਨਦੀਪ ਅਤੇ ਹਰਪ੍ਰੀਤ। ਨਵਤੇਜ ਖਾ ਰਿਹਾ ਸੀ ਬਿਸਕੁਟ, ਉਹਦੀਆਂ ਖਾਣ 'ਚ ਮਗਰ ਲਿਬੜੂ ਬਿਬੜੂ। ਓਏ ਹੋਏ ਓਏ ਹੋਏ, ਹੱਥ ਵੀ ਦੇ ਕਿੰਨੇ ਲਿਬੜੇ ਆ। ਮੈਂ ਇਹਦੀ ਕਿਊਟਨੈਸ ਕੈਪਚਰ ਕਰ ਰਹੀ ਸੀ ਬੈਠੀ, ਮੈਂ ਚੱਲ ਯਾਦਾਂ ਰਹਿ ਜਾਂਦੀਆਂ ਨੇ ਬੱਚਿਆਂ ਦੀਆਂ। ਟਿੱਡੂ ਟਿੱਡੂ ਓ ਟਿੱਡੂ ਟਿੱਡੂ ਓਏ ਨਵਤੇਜ, ਨੀ ਮੇਰੀ ਟਿੱਡੀ ਐ ਟਿੱਡੀ ਆ ਬਿਸਕੁਟ ਖਾਂਦੀ ਸੀ। ਓਹ ਖਾ ਗਿਆ ਮੈਂ, ਆ ਤੇਰੀ ਸਾਰਾ ਮਰਤਾ ਕੱਪੜਿਆਂ ਨੂੰ। ਮੈਂ ਥੱਕ ਗਿਆ ਖਾ ਕੇ, ਬਸ ਇੱਕ ਪੂਰੇ ਦੇ ਗੇੜ ਖਾ ਗਿਆ। ਅੱਠ ਮਹੀਨੇ ਦਾ ਹੋ ਚੱਲਿਆ ਇਹ, ਨਾ ਤਾਂ ਅਜੇ ਤੱਕ ਰੁੜਨ ਲੱਗਿਆ ਅਤੇ ਨਾ ਹੀ ਕੁਛ ਬੋਲਣ ਲੱਗਿਆ, ਜਾਂ ਬਾਬਾ ਪਾਪਾ ਮਾਮਾ ਜੋ ਕੁਛ ਨਹੀਂ ਕਹਿਣ ਲੱਗਿਆ ਹੈਗਾ, ਰੁੜਨ ਵੀ ਨਹੀਂ ਲੱਗਿਆ ਅਜੇ ਤੱਕ। ਨੌ ਨੌ ਮਹੀਨੇ ਦੇ ਬੱਚੇ ਤੁਰਨ ਲੱਗ ਜਾਂਦੇ ਨੇ ਕਈ ਬੱਚੇ, ਇਹ ਲੱਗਦਾ ਸਾਰਾ ਕੁਛ ਇਕੱਠਾ ਹੀ ਕਰੂਗਾ। ਅਤੇ ਨੈਕਸਟ ਡੇ ਆ ਗਿਆ ਸੀਗਾ ਮੀਂਹ, ਬੱਚੇ ਮੀਂਹ ਦੇ ਵਿੱਚ ਖੇਡ ਰਹੇ ਆ। ਸ਼ਾਮ ਦਾ 4 ਵਜੇ ਦਾ ਟਾਈਮ ਆ, ਮੈਂ ਕਿਹਾ ਮੈਂ ਮੱਝਾਂ ਬਾਹਰ ਕੱਢਦਾ, ਮੀਂਹ ਦੇ ਵਿੱਚ ਨਹਾ ਲੈਣਗੀਆਂ, ਅਤੇ ਮੈਂ ਮੱਝਾਂ ਕੱਢਦੀ ਸੀ, ਬੱਚੇ ਮਸਤੀ ਕਰ ਰਹੇ ਨੇ। ਹਾਂਜੀ, ਮੀਂਹ ਨੂੰ ਦੇਖ ਕੇ ਫਿਰ ਕਰਤੀ ਕੁਛ ਖਾਣ ਦੀ ਤਿਆਰੀ, ਵੀ ਹੁਣ ਕੀ ਖਾਈਏ। ਬੱਚੇ ਮੰਗਣ ਲੱਗ ਗਏ ਵੀ ਕੁਛ ਬਣਾਓ, ਪਕੌੜੇ ਬਣਾਓ ਜਾਂ ਕੁਛ ਹੋਰ ਬਣਾਓ, ਅਤੇ ਅਸੀਂ ਕਿਹਾ ਚੱਲ ਫਿਰ ਅਸੀਂ ਕਚੌਰੀਆਂ ਬਣਾ ਲੈਂਦੇ, ਕਾਫੀ ਦੇਰ ਤੋਂ ਬਣਾਈਆਂ ਨਹੀਂ ਸੀਗੀਆਂ, ਅਤੇ ਫਿਰ ਚੱਲ ਕਚੌਰੀਆਂ ਨੂੰ ਲੱਗ ਗਏ। ਮੀਂਹ ਤਾਂ ਹਟ ਗਿਆ ਸੀ ਜਦ ਨੂੰ, ਬਟ ਫਿਰ ਹੁਣ ਜਦ ਇੱਕ ਵਾਰ ਲੱਗ ਗਏ ਫਿਰ ਤਾਂ ਬਣਾਉਣੀ ਹੀ ਸੀ, ਨਾਲੇ ਸ਼ਾਮ ਦਾ ਟਾਈਮ ਫਿਰ ਹੋ ਜਾਂਦਾ ਵਾ, ਰੋਟੀ ਦਾ ਵੀ ਐਵੇਂ ਸਰ ਜਾਂਦਾ ਆ ਕਚੌਰੀਆਂ ਦੇ ਨਾਲ ਹੀ, ਫਿਰ ਜੀ ਖਾ ਲੈਂਦੇ, ਦੁੱਧ ਨਾਲ ਖਾ ਲੈਂਦੇ ਨੇ, ਚਾਹ ਨਾਲ ਖਾ ਲੈਂਦੇ ਨੇ, ਅਤੇ ਜਿਹਨੂੰ ਰੋਟੀ ਦੀ ਲੋੜ ਹੁੰਦੀ ਆ, ਸਬਜ਼ੀ ਨਾਲ, ਸਬਜ਼ੀ ਤਾਂ ਪਈ ਹੋਈ ਹੁੰਦੀ ਆ ਸਵੇਰ ਦੀ, ਅਤੇ ਉਹਦੇ ਨਾਲ ਰੋਟੀ ਵੀ ਖਾ ਲੈਂਦਾ ਹੈ। ਹਾਂਜੀ ਫਰੈਂਡਸ, ਅਗਰ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਆ ਕਰੋ, ਫਸਟ ਟਾਈਮ ਵਿਜਿਟ ਕਰਨ ਵਾਲੇ ਜੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਕੇ ਜਾਇਆ ਕਰੋ ਪਲੀਜ਼ ਪਲੀਜ਼, ਅਤੇ ਹਾਂਜੀ ਆਪਣੇ ਕਮੈਂਟ ਰਾਹੀਂ ਆਪਣੀ ਰਾਏ ਵੀ ਦੱਸਿਆ ਕਰੋ, ਤੁਹਾਨੂੰ ਵੀ ਕੀ ਪਸੰਦ ਆਇਆ ਜਾਂ ਨਹੀਂ, ਜਾਂ ਅੱਗੇ ਤੁਸੀਂ ਕੀ ਦੇਖਣਾ ਚਾਹੁੰਦੇ ਹੋ। ਹਾਂਜੀ ਆ ਜਾਓ ਫਰੈਂਡਸ, ਖਾ ਲਓ ਜੀ ਕਚੌਰੀਆਂ, ਆਪਾਂ ਸਾਰਿਆਂ ਲਈ ਬਣਾਈਆਂ ਨੇ, ਐਂ ਵਾਹਵਾ ਸਾਰੀਆਂ ਨੇ, ਅਤੇ ਆ ਜਾਓ ਜੀ ਆ ਕੇ ਫਿਰ ਤੁਸੀਂ ਵੀ ਦੱਸੋ ਕਿਹੋ ਜਿਹਾ ਟੇਸਟ ਕਚੌਰੀਆਂ ਦਾ, ਖਾ ਜਾਓ ਸਾਰੇ, ਅੱਜ ਸਾਰਿਆਂ ਨੂੰ ਪਾਰਟੀ ਕਚੌਰੀਆਂ ਦੀ। ਹਾਂਜੀ ਮੈਂ ਲੱਗੀ ਸੀ ਖਾਣ, ਮੈਂ ਨਾਲ ਲਿਆ ਥੋੜ੍ਹਾ ਜਿਹਾ ਅੰਬ ਦਾ ਅਚਾਰ ਅਤੇ ਨਾਲ ਲਿਆ ਥੋੜ੍ਹਾ ਜਿਹਾ ਦਹੀਂ, ਅਤੇ ਬਹੁਤ ਜ਼ਿਆਦਾ ਟੇਸਟੀ ਲੱਗਦੀਆਂ ਨੇ ਇਹ। ਓਕੇ ਜੀ, ਥੈਂਕਸ ਫੋਰ ਵਾਚਿੰਗ।